ਬੰਦਾ ਭੁੱਖ ਨੇ ਖਾ ਜਾਣਾ ਏ, ਰੁੱਖ ਨੂੰ ਰੁੱਖ ਨੇ ਖਾ ਜਾਣਾ ਏ। ਇਸੇ ਗੱਲ ਦਾ ਦੁੱਖ ਹੈ ਮੈਨੂੰ, ਜਿਹੜੇ ਦੁੱਖ ਨੇ ਖਾ ਜਾਣਾ ਏ। ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਕਿਰਨ ਕੌਰ ਦੇ ਚੈਨਲ ਵਿੱਚ ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਤੁਹਾਡੇ ਸਾਹਮਣੇ ਗੁੱਲੂ ਅਸ਼ਨਪੁਰੀਆ ਜੀ ਦੀ ਖੂਬਸੂਰਤ ਰਚਨਾ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਹੈ ਪਿਆਰ ਦਿਓਗੇ, ਪਰ ਉਸ ਤੋਂ ਪਹਿਲਾਂ ਜੇਕਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਵੀ ਜ਼ਰੂਰ ਦਬਾ ਲਓ। ਹੱਕਾਂ ਦੇ ਗੱਲ ਪੈ ਗਈ ਰੱਸੀ, ਹੱਕਾਂ ਦੇ ਗੱਲ ਪੈ ਗਈ ਰੱਸੀ, ਮੰਗਾਂ ਵੇਖ ਕੇ ਰੋਈਆਂ। ਹੱਕਾਂ ਦੇ ਗੱਲ ਪੈ ਗਈ ਰੱਸੀ, ਮੰਗਾਂ ਵੇਖ ਕੇ ਰੋਈਆਂ। ਕਿਸਰਾਂ ਦੱਸਾਂ ਬੇਸ਼ਰਮਾਂ ਨੂੰ, ਸੰਗਾਂ ਵੇਖ ਕੇ ਰੋਈਆਂ। ਹੱਕਾਂ ਦੇ ਗੱਲ ਪੈ ਗਈ ਰੱਸੀ, ਮੰਗਾਂ ਵੇਖ ਕੇ ਰੋਈਆਂ। ਕਿਸਰਾਂ ਦੱਸਾਂ ਬੇਸ਼ਰਮਾਂ ਨੂੰ, ਸੰਗਾਂ ਵੇਖ ਕੇ ਰੋਈਆਂ। ਮਜ਼ਦੂਰਾਂ ਨੇ ਖਾਲੀ ਜੇਬਾਂ ਵੇਖ ਕੇ ਅੱਖਾਂ ਭਰੀਆਂ। ਮਜ਼ਦੂਰਾਂ ਨੇ ਖਾਲੀ ਜੇਬਾਂ ਵੇਖ ਕੇ ਅੱਖਾਂ ਭਰੀਆਂ। ਮੇਲੇ ਵਿੱਚੋਂ ਜੱਸੀ ਧੀਆਂ ਵੰਗਾਂ ਵੇਖ ਕੇ ਰੋਈਆਂ। ਮੇਲੇ ਵਿੱਚੋਂ ਜੱਸੀ ਧੀਆਂ ਵੰਗਾਂ ਵੇਖ ਕੇ ਰੋਈਆਂ। ਫਿਰ ਸਿਆਸਤ ਵਾਲੀ ਡੋਰ ਹੈ, ਫਿਰ ਸਿਆਸਤ ਵਾਲੀ ਡੋਰ ਹੈ, ਕਾਵਾਂ ਹੱਥੀ ਆ ਗਈ। ਫਿਰ ਸਿਆਸਤ ਵਾਲੀ ਡੋਰ ਹੈ, ਕਾਵਾਂ ਹੱਥੀ ਆ ਗਈ। ਪਿੰਜਰੇ ਅੰਦਰ ਚਿੜੀਆਂ ਫੇਰ ਪਤੰਗਾਂ ਵੇਖ ਕੇ ਰੋਈਆਂ। ਪਿੰਜਰੇ ਅੰਦਰ ਚਿੜੀਆਂ ਫੇਰ ਪਤੰਗਾਂ ਵੇਖ ਕੇ ਰੋਈਆਂ। ਸਰਹੱਦਾਂ 'ਤੇ ਜਦੋਂ ਬੰਦੂਕਾਂ ਚੱਲੀਆਂ ਪੁੱਤਰਾਂ ਉੱਤੇ, ਸਰਹੱਦਾਂ 'ਤੇ ਜਦੋਂ ਬੰਦੂਕਾਂ ਚੱਲੀਆਂ ਪੁੱਤਰਾਂ ਉੱਤੇ, ਉਰਲੇ ਪਰਲੇ ਪਾਸੇ ਮਾਵਾਂ, ਉਰਲੇ ਪਰਲੇ ਪਾਸੇ ਮਾਵਾਂ, ਜੰਗਾਂ ਵੇਖ ਕੇ ਰੋਈਆਂ, ਜੰਗਾਂ ਵੇਖ ਕੇ ਰੋਈਆਂ। ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਇਹ ਰਚਨਾ ਬਹੁਤ ਵਧੀਆ ਲੱਗੀ ਹੋਵੇਗੀ। ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।